सवेर दे वजे ने पांच दा टाइम हो गया ते करनवीर सुत्ता जे इनू ही सुत्ते नू छड़ के चले जाना। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਆਖਿਰ ਉਹ ਵੇਲਾ ਆ ਗਿਆ ਜਿਹਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਅਸੀਂ ਜਾ ਰਹੇ ਹਾਂ ਹੁਣ ਅੰਮ੍ਰਿਤਸਰ ਹੋਸਪਿਟਲ ਅਤੇ ਤੁਸੀਂ ਸਾਰਿਆਂ ਨੇ ਮੰਗ ਕੀਤੀ ਕਿ ਸਾਨੂੰ ਨਾਲ ਵੀਡੀਓ ਚਾਹੀਦੀ ਆ ਸ਼ੁਰੂ ਤੋਂ ਲੈ ਕੇ ਹੋਸਪਿਟਲ ਤੱਕ ਜਾਂਦਿਆਂ ਦੀ ਪੂਰੀ ਫੁੱਲ ਵੀਡੀਓ ਚਾਹੀਦੀ ਆ ਅਤੇ ਚਲੋ ਅੱਜ ਖੂਬਸੂਰਤ ਸਫ਼ਰ ਦੇ ਉੱਤੇ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਸਫ਼ਰ ਆਓ ਹੁਣ ਇਕੱਠਿਆਂ ਪੂਰਾ ਕਰਦੇ ਹਾਂ। ਇੱਧਰ ਸਾਡੇ ਮੈਡਮ ਸੰਦੀਪ ਕੌਰ ਹੋ ਰਹੇ ਨੇ ਰੈਡੀ। ਹਾਂਜੀ ਫਿਰ ਖੂਬਸੂਰਤ ਸਫ਼ਰ 'ਤੇ ਚੱਲੇ ਅੱਜ ਕਿਵੇਂ ਲੱਗ ਰਿਹਾ? ਡਰ ਲੱਗ ਰਿਹਾ? ਅਤੇ ਚਲੋ ਕੋਈ ਗੱਲ ਨਹੀਂ, ਵਾਹਿਗੁਰੂ ਭਲੀ ਕਰੇਗਾ। ਸਾਰਿਆਂ ਦੋਸਤਾਂ ਦੀ ਭੈਣ ਭਰਾਵਾਂ ਦੀਆਂ ਦੁਆਵਾਂ ਸਾਡੇ ਨਾਲ ਨੇ, ਹੈ ਨਾ? ਕੁਛ ਕਹਿਣਾ? ਮੈਂ ਸੰਦੀਪ ਅਤੇ ਦਾਦੀ ਜਾ ਰਹੇ ਹਾਂ ਅਤੇ ਕਰਨਵੀਰ ਮੰਮੀ ਅਤੇ ਡੈਡੀ ਇਹ ਬਾਅਦ ਵਿੱਚ ਆਉਣਗੇ ਅਤੇ ਪ੍ਰੀਤ ਨੂੰ ਲੈਣਾ ਸੀ ਰਸਤੇ ਦੇ ਵਿੱਚੋਂ ਅਤੇ ਚਲੋ ਚੱਲਦੇ ਹਾਂ। ਬੱਲੇ ਹਾਂਜੀ, ਪ੍ਰੀਤ ਨੂੰ ਲੈਣਾ ਸੀ ਆਪਾਂ ਅਤੇ ਪਹੁੰਚ ਗਏ ਹਾਂ ਪ੍ਰੀਤ ਦੇ ਪਿੰਡ। ਅਜੇ ਪਿੰਡ ਨਹੀਂ ਪਹੁੰਚੇ, ਮੋੜ 'ਤੇ ਪਹੁੰਚੇ ਹਾਂ ਅਤੇ ਚਲੋ ਸਾਨੂੰ ਪ੍ਰੀਤ ਦੇ ਪਿੰਡ ਲੈ ਕੇ ਜਾਂਦੇ ਹਾਂ। ਆ ਜਾਓ ਫਿਰ। ਪਿੰਡ ਵੇਖ ਲਓ ਸਾਰੇ ਜਾਣੇ, ਐ ਆ ਜੀ ਉਹਨਾਂ ਦਾ ਪਿੰਡ ਦਾ ਸਾਹਮਣੇ ਗੇਟ ਵਾਲਾ ਪ੍ਰੀਤੀ ਦਾ ਘਰ ਆ। ਨਿਕਲਣਾ ਥੋੜ੍ਹੀ ਦੇਰ ਤੱਕ ਕਰੋ। ਹਾਂਜੀ
थोड़ी देर तक बस गेट खुलने वाला वा महाराज हूं नहीं मारो मारन मारो आओ खुल गया नहीं आओ आगे हाय प्रीति आ गई ਸਸਿਆ ਵੀ ਜੀ ਸਸਿਆ ਬਾਬੀ ਜੀ ਸਸਿਆ ਜੀ ਸਸਿਆ ਹੋਰ ਚੱਲੇ ਜੀ ਕਰਦਾ ਆਪਣੇ ਸਾਰੇ ਸਾਡੇ ਵੱਡੇ ਭੈਣ ਜੀ ਇਟਲੀ ਵਾਲੀ ਸਿਸਟਰ ਦੇ ਸਹੁਰੇ ਆ ਗਏ ਆਪਾਂ ਤੇ ਆਓ ਤੁਹਾਨੂੰ ਮਿਲਾਉਂਦੇ ਆ ਉਹਨਾਂ ਦੀ ਫੈਮਿਲੀ ਦੇ ਨਾਲ ਉਹਨਾਂ ਦੀ ਫੈਮਿਲੀ ਨੇ ਵੀ ਨਾ ਇੱਕ ਚੈਨਲ ਬਣਾਇਆ ਤੇ ਆਪਾਂ ਹੈਲਪ ਕਰਾਂਗੇ ਉਹਨਾਂ ਦਾ ਵੀ ਚੈਨਲ ਚਲਾਉਣ ਦੇ ਵਿੱਚ ਨਹੀਂ ਲੰਘਣ ਦਿੰਦੇ ਘਰ ਕਿਉਂ ਫਿਕਰ ਕਰਦੇ ਜੇ ਲਓ ਜੀ ਆਪਾਂ ਆਪਣੀ ਸਿਸਟਰ ਦੇ ਸਹੁਰੇ ਪਹੁੰਚ ਚੁੱਕੇ ਹਾਂ ਅੰਮ੍ਰਿਤਸਰ ਰਿਸ਼ੀ ਵਿਹਾਰ ਅਤੇ ਆਈ ਥਿੰਕ ਅਜੇ ਤੱਕ ਸਾਰੇ ਸੁੱਤੇ ਨੇ ਆਓ ਇਹਨਾਂ ਨੂੰ ਵਹਿੰਦੇ ਹਾਂ ਜਗਾ ਕੇ ਚਲੋ ਇਹਨਾਂ ਨੂੰ ਜਗਾ ਕੇ ਵੇਖੀਏ ਵਾਹ ਜੀ ਵਾਹ ਵਾਹ ਜੀ ਵਾਹ ਸਾਡੇ ਮਾਸੀ ਜੀ ਉੱਠ ਪਏ ਆ ਡੇ ਕੱਪੜਿਆਂ ਦੇ ਦੁਆਲੇ ਥਾਪੀ ਫੇਰਨ ਦੂ ਦੂ ਇਹ ਜਨਾਬ ਨੇ ਜੀ ਸਾਡੇ ਭਾਜੀ ਸਾਡੇ ਸਿਸਟਰ ਦੇ ਵੱਡੇ ਭਾਜੀ ਜੀਅਰ ਸਾਹਿਬ ਹਾਂਜੀ ਦੁਪਹਿਰ ਦੇ ਵੱਜ ਗਏ ਨੇ ਜੀ 11 ਅਤੇ ਹੁਣ ਅਸੀਂ ਚੱਲੇ ਹਾਂ ਹੋਸਪਿਟਲ ਸਾਡੇ ਨਾਲ ਹੈ ਹਰਪ੍ਰੀਤ ਕੌਰ ਅਰੇ ਆ ਜੀ ਸਾਡੇ ਸਿਸਟਰ ਅੰਮ੍ਰਿਤਸਰ ਤੋਂ ਮੇਰੀ ਇਟਲੀ ਵਾਲੀ ਸਿਸਟਰ ਦੇ ਜਠਾਣੀ ਜੀ ਜਠਾਣੀ ਇਹ ਤਾਂ ਕਿੰਨਾ ਦਰਾਣੀ ਬਣਨ ਨੂੰ ਪਿਆ ਵੱਡੇ ਜੇ ਚਲੋ ਆਪਾਂ ਫਿਰ ਪਹੁੰਚਦੇ ਹਾਂ ਹੋਸਪਿਟਲ ਹੁਣ ਉੱਥੇ ਜਾ ਕੇ ਵੇਖਦੇ ਹਾਂ ਕੀ ਕਾਰਵਾਈ ਹੁੰਦੀ ਆ ਕੀ ਕਰਦੇ ਆ ਹਾਂ ਸੰਦੀਪ ਕੌਰ ਰੈਡੀ ਕੋਈ ਨੀ ਜਿੰਦਾ ਦੇ ਲੋ ਕੋਈ ਚੱਕਰ ਨੀ ਕੱਲ ਜਾਣਾ ਜੀ ਅਸੀਂ ਹੋਸਪਿਟਲ ਅਤੇ ਅੱਜ ਅਸੀਂ ਸੋਚਿਆ ਸੀ ਕਿ ਦਰਬਾਰ ਸਾਹਿਬ ਜਾ ਕੇ ਅਤੇ ਮੱਥਾ ਟੇਕ ਆਈਏ ਅਤੇ ਹੁਣ ਅਸੀਂ ਦਰਬਾਰ ਸਾਹਿਬ ਆਏ ਹਾਂ ਮੱਥਾ ਟੇਕਣ ਅਤੇ ਨਾਲ ਗੁਰੂ ਘਰ ਦੇ ਦਰਸ਼ਨ ਹੋ ਗਏ ਅਤੇ ਚਲੋ ਤੁਸੀਂ ਇੱਧਰੋਂ ਵੀ ਚੱਲ ਜਾਓ ਆਪਾਂ ਇੱਧਰੋਂ ਵੀ ਚੱਲ ਜਾਂਦੇ ਹਾਂ ਲਓ ਜੀ ਅੱਜ ਤਰੀਕ 7/7/2020 ਕੱਲ੍ਹ ਡਾਕਟਰ ਨੇ ਭੇਜ ਦਿੱਤਾ ਸੀ ਅੱਜ ਸੱਦਿਆ ਸੀ 8 ਵਜੇ ਦਾ ਟਾਈਮ ਦਿੱਤਾ ਸੀ ਅਤੇ 8 ਵਜ ਗਏ ਨੇ ਘਰ ਹੀ ਬੀਬੀਆਂ ਅਜੇ ਤੱਕ ਤੁਰਨ ਦਾ ਨਾਂ ਨਹੀਂ ਲੈ ਰਹੀਆਂ ਪਰ ਤਿਆਰੀਆਂ ਵੀ ਕਾਫੀ ਹੁੰਦੀਆਂ ਨੇ ਬੀਬੀਆਂ ਦੀਆਂ ਕਰੀਏ ਵੀ ਕੀ 15 ਮਿੰਟ ਹੋ ਗਏ ਨੇ ਮੈਨੂੰ ਆਣ ਕੇ ਗੱਡੀ 'ਚ ਬੈਠੇ ਨੂੰ ਅਤੇ ਅਜੇ ਤੱਕ ਅੰਦਰੋਂ ਨਹੀਂ ਨਿਕਲੀਆਂ ਨਿਕਲਣ ਦਾ ਨਾਂ ਨਹੀਂ ਲੈ ਰਹੀਆਂ ਅਜੇ ਤੱਕ ਵੀ
मैडम अजे तक नहीं आईया गड्डी विच। बाकी मैं तुहानू एक सीक्रेट गल दसदा जिहड़ी वैसे मैं घर अजे तक किसी नूं भी नहीं दसी। करन दा जन्म होया 2013 विच दसवें महीने दे विच, ते उदों झोने वढ़दे सी ते डैडी ते मम्मी संदीप नूं हॉस्पिटल लैके गए सी ते मैं गया सी मंडी झोना लैके। ते कोई सवेर दे 9 बजे दे करीब इन्हां मैनूं फिर फोन कीता कि अपना बेबी होया। ते मैं उदों मंडी विच सी ते मेरा ना दिल करे कि मैं मतलब चीकां मारा, पर उत्थे मैं बोल नहीं कुछ सकदा। हॉस्पिटल आ गए आपां, हुण करदे आं एंट्री। चलो संदीप चली गई ऑपरेशन थिएटर च। जी सानू कमरा मिल चुका है हॉस्पिटल दे विच, ताडे लई वीडियो तैयार करन लई मैं लैपटॉप भी सजा लिया। ये साढ़े आने वाले बेबी के लिए पंगूड़ा, और मैं मैडम संदीप कौर इस वेले गल कर रही है करणवीर नाल। बंद कर दी गल करनी उन्हें, करण ने गल करनी बंद कर दी। की कहिंदा सी? मम्मा को जाना। मास्क ला ला मुंह तो, हुण तां रूम च ही आ। कहिंदा मम्मा को चली गई है। अच्छा ਉਹ ਵਿਚਾਰਾ ਬੜਾ ਐਕਸਾਈਟਡ ਹੋਣਾ ਵਾ ਤੇ ਮੈਂ ਹੁਣ ਕਰੇ ਕੀ। ਦੀਦੀ ਸੁਣਾ ਲੋ ਦੀਦੀ ਭਾਬੀ ਮੇਰੀ ਗੁੱਤ ਕਰਦੇ ਨਨਾਣੇ ਮੇਰੀ ਗੁੱਤ ਕਰਦੇ ਹੁੰਦੇ ਆ। ਹਾਂਜੀ ਪਾਪਾ ਜੀ, ਫਿਰ ਕਿੰਨੇ ਕੁ ਨਰਵਸ ਗਏ, ਕਿੰਨੀ ਕੁ ਟੈਨਸ਼ਨ ਆ ਕਿ ਕੀ ਹੈ ਕੀ ਹੈ ਹੈਂ। ਮੈਂ ਕਹਿੰਦਾ ਗੁੜੀਆ ਆਵੇ ਗੁੜੀਆ ਗੁੜੀਆ, ਫਿਰ ਕਿੱਦਾਂ ਦਾ ਫੀਲ, ਕਿੱਦਾਂ ਦਾ ਹੋਣਾ ਤੁਸੀਂ ਮੇਰੇ ਦੱਸੋ। ਐਕਚੁਲੀ ਨਾ ਜਦੋਂ ਕਰਨ ਹੋਇਆ ਸੀ ਨਾ ਉਦੋਂ ਮੈਂ ਉੱਥੇ ਨਹੀਂ ਸੀ, ਉਦੋਂ ਮੈਂ ਮੰਡੀ ਗਿਆ ਸੀ ਝੋਨਾ ਲੈ ਕੇ, ਇਸ ਕਰਕੇ ਐਰਕੀ ਅਲੱਗ ਤਰ੍ਹਾਂ ਦੀ ਫੀਲਿੰਗ ਆ। ਬਾਕੀ ਮਾਸਕ ਲੱਗਾ ਮੂੰਹ ਦਾ ਤਾਂ ਪਤਾ ਤਾਂ ਲੱਗਦਾ ਨਹੀਂ ਹੈ ਫੀਲਿੰਗ ਦਾ। ਇੱਧਰ ਵੇਖਦੇ ਹੁਣ ਇਹਨਾਂ ਦੀ ਭੂਈ ਦੀ ਫੀਲਿੰਗ ਸੋਚ ਰਹੇ ਨੇ ਕਿ ਭੂਈ ਦੀ ਫੀਲਿੰਗ ਕਿੱਦਾਂ ਦੀ ਆ। ਹੁਣ ਤੁਸੀਂ ਦੱਸੋ ਭੂਈ ਜੀ, ਭੂਈ ਦੀ ਫੀਲਿੰਗ ਕਿੱਦਾਂ ਦੀ ਆ? ਭੂਈ ਬਹੁਤ ਖੁਸ਼ ਆ, ਵੇਟ ਆ, ਨੇਫਿਊ ਆ, ਨੀਜ਼ ਆ, ਕੀ ਆ ਇਹ ਵੇਖਣਾ ਚਾਹੁੰਦੀ ਆ। ਸ਼ਾਇਦ ਮੈਂ ਹੱਥ 'ਚ ਵੜਿਆ ਕੁੜਤੀ ਦੇ, ਪਾਪਾ ਕਹਿੰਦੇ ਮੈਂ ਦੇਣੀ, ਮੈਂ ਕਹਿੰਦੀ ਹਾਂ ਮੈਂ ਦੇਣੀ, ਦੇਖਦੇ ਕੌਣ ਦਿੰਦਾ। ਹਾਏ ਤੇ ਮੈਂ ਕਿੱਧਰ ਜਾਣਾ, ਤੂੰ ਰਹਿਣ ਦੇ ਤੂੰ ਵੀਡੀਓ ਬਣਾ। ਆ ਦੇਖੋ ਜੀ ਸਾਰੇ ਜਾਣੇ ਕਿੰਨੇ ਨਰਵਸ ਆ, ਅਸੀਂ ਤਿੰਨੇ ਜਾਣੇ ਹਾਂ ਅਤੇ ਸਾਨੂੰ ਬੜੀ ਜ਼ਿਆਦਾ ਐਕਸਾਈਟਮੈਂਟ ਹੁੰਦੀ ਆ ਕਿ ਕਦੋਂ ਬੇਬੀ ਆਊਗਾ, ਕਦੋਂ ਸਾਨੂੰ ਪਤਾ ਲੱਗੂਗਾ ਕਿ ਬੇਬੀ ਸਾਡਾ ਕੀ ਆ, ਬੋਆਏ ਆ ਕਿ ਗਰਲ ਆ। ਦੇਖੋ ਦੇਖੋ ਇੱਧਰ ਫੋਨ ਹੀ ਲੈਂਦੇ ਆ, ਉੱਧਰ ਟੈਂਸ਼ਨ ਆ, ਹਾਏ ਮੈਂ ਮਰ ਗਿਆ। ਐਕਸਾਈਟਮੈਂਟ ਇੱਕ ਮਿੰਟ ਵੇਖਦੀ ਹਾਂ। ਹਾਂਜੀ ਕੀ ਲੱਗਾ ਤੁਹਾਨੂੰ ਦੋਵਾਂ ਗਾਣਿਆਂ ਨੂੰ ਜਿਹੜਾ ਬੜੀ ਛੇਤੀ ਲੱਗ ਗਏ ਆ? ਮੈਨੂੰ ਲੱਗਾ ਫਿਰ ਮੈਨੂੰ ਵੀ ਲੱਗਾ ਕਿਉਂਕਿ ਅੰਦਰ ਸਟਾਫ ਜਿਹੜੀ ਆ ਉਹਨਾਂ ਦੀ ਮੂਵਮੈਂਟ ਹੋਣ ਡਈ ਆ ਅਤੇ ਫੀਲ ਹੋਣ ਡਿਆ ਕਿ ਕਿੱਦਾਂ ਦਰਵਾਜ਼ਾ ਖੁੱਲ੍ਹਣ ਵਾਲਾ ਆ, ਹੈ ਨਾ। ਹਾਂਜੀ
गुड़िया आई है साढ़े को गुड़िया पोनी कराया करी वो लव यू मैं इन्ना सोहना तोहफा देने लव यू फाइनली काफ़ी लम्मी वेट तो बाद साडा गुड्डा साडे कोल पहुंच चुकिया है। हिचकियां आदियां सी अक्का बोलो अक्का बोलो मुते रुकले आई लव यू ਨਰਾਜ਼ੀ ਬੜੀ ਲੱਗਣ ਦੀ ਆ ਕੁਕਲੋ ਕੁਕਲੋ ਜੀ ਗੁੜੀਆ ਆਈ ਆ ਮੇਰੀ ਤਮੰਨਾ ਪੂਰੀ ਹੋ ਗਈ ਆਈ ਵਾਂਟ ਬੇਬੀ ਗਰਲ ਤੇ ਮੈਨੂੰ ਗੁੜੀਆ ਦੇ ਦਿੱਤੀ ਆ ਵਾਹਿਗੁਰੂ ਨੇ ਥੈਂਕ ਯੂ ਸੰਦੀਪ ਸੁੱਤੀ ਪਈ ਆ पखा बंद करा आई मेरा गुगलू बुगलू मेरा छोना पोत मेरी टिड्डी देते छोया करना मेरे पुत ने करण ने तो मां का खेड़ा नहीं छड़िया तू मेरे को रिहा करना ठीक है ना वैसे भी कुड़ियां जड़ी पापा दी परियां मेरा गुगलू 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 किन्ना का पणा नींदरा जड़िया किन्ना का पणा पणा गोडी कीती है नींदरा नहीं महले पूरा होण दिया चलो बीजी लाओ जी गाडो चला दे पखा चला दे बीजी मेरा सरदार पोती हो मेरा सरदार पोत क्या सही कर मेरा सरदार पोत ਅਸੀਂ ਦੋਵਾਂ ਨੇ ਰਲ ਕੇ ਕਰਨ ਨੂੰ ਕੁੱਟਿਆ ਕਰਨਾ ਮੈਂ ਤਾਂ ਕਰਨ ਨੂੰ ਕੁੱਟਿਆ ਕਰਨਾ ਇਹ ਕਰਕੇ ਘੁੜ ਜਾਵਾਂਗੀ ਆ ਮੋਢੇ ਲਾ ਮੋਢੇ ਜਿੱਦਾਂ ਮੈਂ ਕਰਦੀ ਸੀ ਨਾ ਮੇਰੇ ਤਾਂ ਕਿੱਦਾਂ ਦਾ ਫੀਲ ਹੁੰਦਾ ਪਾਪਾ ਕਿੱਦਾਂ ਦੀ ਫੀਲਿੰਗ ਦਿਲੋਂ ਕਿੱਦਾਂ ਦੀ ਫੀਲਿੰਗ ਆਉਂਦੀ ਤੁਹਾਨੂੰ ਵੈਸੇ ਇਹ ਫੀਲਿੰਗ ਦੱਸੀ ਨਹੀਂ ਜਾਂਦੀ ਨਹੀਂ ਦੱਸੀ ਜਾਂਦੀ ਇਹ ਸਿਰਫ ਮਹਿਸੂਸ ਹੁੰਦੀ ਆ ਤੈਨੂੰ ਭੂਆ ਭੂਆ ਬਣ ਕੇ ਕਿੱਦਾਂ ਦਾ ਲੱਗਣ ਦਿਓ
ਮੈਨੂੰ ਇੱਧਰ ਦੇ ਜਿਹੜਾ ਮੈਂ ਪਤਾ ਨਹੀਂ ਕਿੱਥੇ ਗਿਆ ਪਹੁੰਚ ਗਈ ਹੁੰਦੀ ਨਹੀਂ ਬਸ ਉਹ ਹੀ ਹੋ ਵੀ ਜੀ ਸਿੱਧੇ ਕਰੋ ਇਹਨੂੰ ਮੈਨੂੰ ਉਹਦੇ ਡਰ ਲੱਗੀ ਜਾਂਦਾ ਕਿ ਬੋਟ ਜਿਹਾ ਵਾ ਇਹ ਮੂੰਹ ਨਾ ਹੋ ਜਾਵੇ ਕਿੱਦਾਂ ਦੀ ਫੀਲਿੰਗ ਦਿਲੋਂ ਕਿੱਦਾਂ ਦੀ ਫੀਲਿੰਗ ਆਉਂਦੀ ਤੁਹਾਨੂੰ ਵੈਸੇ ਇਹ ਫੀਲਿੰਗ ਦੱਸੀ ਨਹੀਂ ਜਾਂਦੀ ਨਹੀਂ ਦੱਸੀ ਜਾਂਦੀ ਇਹ ਸਿਰਫ ਮਹਿਸੂਸ ਹੁੰਦੀ ਆ ਤੈਨੂੰ ਭੂਆ ਭੂਆ ਬਣ ਕੇ ਕਿੱਦਾਂ ਦਾ ਲੱਗਣ ਦਿਓ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੈਂ ਪਤਾ ਨਹੀਂ ਕਿੱਥੇ ਗਿਆ ਪਹੁੰਚ ਗਈ ਹੁੰਦੀ ਨਹੀਂ ਬਸ ਚੁੱਪ ਕਰ ਜਾ ਸੋਹਣੇ ਚੁੱਪ ਕਰ ਜਾ।